ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਯੁੱਧਵੀਰ ਸਿੰਘ ਇੱਕ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹਾਂ। ਦੋਸਤੋ, ਇਸ ਸਮੇਂ ਅਸੀਂ ਬੈਠੇ ਹਾਂ ਸ਼੍ਰੀ ਦਿਨੇਸ਼ ਸੂਚੇ ਨਾਲ, ਜੋ ਕਿ ਆਪਣੀ ਫਿਲਮ ਸਾਡਾ ਹੱਕ ਦੀ ਪ੍ਰਮੋਸ਼ਨ ਦੇ ਲਈ ਮੈਲਬੌਰਨ ਦੇ ਵਿੱਚ ਆਏ ਹੋਏ ਹਨ। ਸੋ ਸਵਾਗਤ ਕਰਦੇ ਹਾਂ ਦਿਨੇਸ਼ ਸੂਚੀ ਦਾ। ਸਤਿ ਸ਼੍ਰੀ ਅਕਾਲ ਸੂਚਾ। ਸਤਿ ਸ਼੍ਰੀ ਅਕਾਲ ਜੀ ਯੁੱਧਵੀਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਆਪਣੇ ਇਸ ਚੈਨਲ 'ਤੇ ਸਾਨੂੰ ਮੌਕਾ। ਹਾਂਜੀ ਸੂ ਸਾਹਿਬ, ਪਹਿਲਾਂ ਗੱਲ ਕਰਾਂਗੇ ਕਿ ਜਿਹੜੀ ਫਿਲਮ ਸਾਡਾ ਹੱਕ ਆ, ਇਹ ਇੱਕ ਐਸਾ ਵਿਸ਼ਾ ਜੋ ਕਿ 80 ਅਤੇ 90 ਦੇ ਦੌਰ ਦੇ ਵਿੱਚ ਜੋ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੋਂ ਵਾਪਰ ਰਿਹਾ ਉਹਦੇ ਉੱਤੇ ਬਣਾਈ ਗਈ ਹੈ। ਸੋ ਅੱਜ ਕੱਲ੍ਹ ਦੀ ਜੋ ਮੂਵੀਆਂ ਆ ਰਹੀਆਂ ਕਮੇਡੀ ਜਾਂ ਆਸ਼ਕ ਦੇ ਟਾਈਪ ਦੇ ਉੱਤੇ ਰਹਿ ਜਾਂਦੀਆਂ ਹਨ, ਤਾਂ ਤੁਹਾਨੂੰ ਕਿਵੇਂ ਵਿਚਾਰ ਆ ਕਿ ਇਸ ਤਰੀਕੇ ਦੀ ਮੂਵੀ ਦਿੱਤੀ ਜਾਵੇ ਪੰਜਾਬੀਆਂ ਨੂੰ? ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਜੀ ਕਿ ਪੰਜਾਬੀ ਸਿਨੇਮੇ ਦਾ ਸੁਨਹਿਰੀ ਦੌਰ ਚੱਲ ਰਿਹਾ, ਬਹੁਤ ਕਾਮਯਾਬੀ ਮਿਲ ਰਹੀ ਹੈ, ਲੋਕ ਘਰਾਂ ਤੋਂ ਬਾਹਰ ਨਿਕਲੇ, ਸਿਨੇਮੇ ਘਰਾਂ 'ਚ ਜਾ ਰਹੇ ਨੇ। ਇਸ ਫਿਲਮ ਨੂੰ ਬਣਾਉਣ ਦਾ ਜਿਹੜਾ ਮੇਨ ਕੋਸ਼ਿਸ਼ ਸੀਗੀ, ਜਿਹੜਾ ਦਿਮਾਗ ਦੇ ਵਿੱਚ ਕੁੰਨਾ ਫੁਰਿਆ ਸੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਮੇਰੇ ਪਾਰਟਨਰ ਕੁਲਜਿੰਦਰ ਸਿੰਘ ਸਿੱਧੂ ਨੂੰ ਆਇਆ ਸੀ। ਉਹਨਾਂ ਦੇ ਪਰਿਵਾਰ ਨੇ ਕਾਫੀ ਸੰਦਾਪ ਹੰਡਾਇਆ ਉਸ ਦੌਰਾਨ, ਉਹਨਾਂ ਦਾ ਇੱਕ ਵੱਡਾ ਭਰਾ ਸ਼ਹੀਦ ਵੀ ਹੋ ਗਿਆ ਸੀ, ਅਤੇ ਉਹਨਾਂ ਦੇ ਮਨ ਵਿੱਚ ਸੀਗਾ ਕਿ ਜੇ ਇਹ ਗੱਲ ਹੁਣ ਅਸੀਂ ਨਾ ਕੀਤੀ ਤਾਂ ਫਿਰ ਕਰਨੀ ਮੁਸ਼ਕਲ ਹੋ ਜੂਗੀ, ਕਿਉਂਕਿ ਵਾਹਿਗੁਰੂ ਨੇ ਕਿਰਪਾ ਬਖਸ਼ੀ ਹੈ ਕਿ ਅਸੀਂ ਫਿਲਮ ਪ੍ਰੋਡਕਸ਼ਨ ਦੇ ਵਿੱਚ ਹੈ, ਉਸ ਸਮੇਂ ਜੋ ਕੁਛ ਹੋਇਆ ਉਸ ਦੇ ਹਾਲਾਤ ਤੋਂ ਜਾਣੂ ਵੀ ਹੈ। ਬਹੁਤ ਸਾਰੇ ਵੀਰਾਂ ਨੇ ਕਿਤਾਬਾਂ ਲਿਖੀਆਂ ਨੇ, ਸੱਚੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ, ਅਸੀਂ ਉਹਨਾਂ ਸਾਰਿਆਂ ਦੀ ਰਿਸਰਚ ਕੀਤੀ ਅਤੇ ਉਸ ਤੋਂ ਬਾਅਦ ਫਿਲਮ ਬਣਾਈ, ਕਿਉਂਕਿ ਇੱਕ ਜਿਹੜੀ ਯੰਗ ਜਨਰੇਸ਼ਨ ਹੈ ਉਹ ਕਿਤਾਬਾਂ ਨਹੀਂ ਪੜ੍ਹਦੀ, ਉਹਨੂੰ ਇਨਫੋਰਮੇਸ਼ਨ ਦੇਣ ਦਾ ਇਹ ਇੱਕ ਬੈਸਟ ਸੋਰਸ ਹੈ ਕਿ ਇੱਕ ਐਂਟਰਟੇਨਮੈਂਟ ਵੀ ਹੋਵੇ ਅਤੇ ਉਹਦੇ ਵਿੱਚ ਸਾਰੀ ਉਹ ਗੱਲ ਕਹੀ ਵੀ ਜਾ ਸਕੇ ਜਿਹੜਾ ਕਿ ਪੰਜਾਬ ਦੇ ਜੋ ਕੁਛ ਹੋਇਆ ਸੀ। ਅਤੇ ਭਾਅ ਜੀ, ਜਿਵੇਂ ਕਿ ਇਸ ਸਮੇਂ ਬਹੁਤ ਸਿਤਾਰੇ ਵੀ ਹਨ ਪੰਜਾਬ ਵਿੱਚ, ਤੁਸੀਂ ਉਹਨਾਂ ਨੂੰ ਛੱਡ ਕੇ ਮਤਲਬ ਨਵੇਂ ਸਿਤਾਰਿਆਂ ਨੂੰ ਕਿਉਂ ਚਾਹੁੰਦੇ ਸੀ, ਉਸਦਾ ਕੀ ਕੁਝ ਮੇਨ ਕਾਰਨ ਸੀ? ਬਿਲਕੁਲ ਜੀ, ਇਹ ਇੱਕ ਰੀਅਲਿਸਟਿਕ ਸਿਨੇਮਾ, ਰੀਅਲਿਸਟਿਕ ਸਿਨੇਮੇ ਨੂੰ ਫਿਲਮਾਉਣਾ ਬਹੁਤ ਔਖਾ ਹੁੰਦਾ ਜੀ। ਪੰਜਾਬੀ ਦੇ ਵਿੱਚ ਇਹ ਪਹਿਲਾਂ ਉਪਰਾਲਾ ਹੋਇਆ, ਜਦੋਂ ਆਪਾਂ ਕੋਈ ਸੱਚੀ ਗੱਲ ਕਰਦੇ ਹਾਂ, ਕਹਾਣੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜੇ ਉਹਦੇ ਪਾਤਰ ਨੇ ਉਹ ਬਿਲਕੁਲ ਓਰੀਜਨਲ ਲੱਗਣੇ ਚਾਹੀਦੇ ਨੇ ਜੀ। ਉਹਦੇ ਲਈ ਜੇ ਅਸੀਂ ਕਿਸੇ ਨੋਨ ਫੇਸ ਨੂੰ ਲੈ ਲੈਂਦੇ ਤਾਂ ਉਹ ਜਿਹੜਾ ਫੇਸ ਸੀਗਾ ਉਹ ਆਪਣੇ ਨਾਮ ਨਾਲ ਜਾਣਿਆ ਜਾਂਦਾ। ਸਾਡੇ ਜਿਹੜੇ ਕੈਰੈਕਟਰ ਨੇ ਉਹ ਸਾਰੇ ਨਵੇਂ, ਇਸ ਕਰਕੇ ਨੇ ਕਿ ਉਹ ਆਪਣੇ ਆਪ 'ਚ ਉਹ ਪਛਾਣ ਬਣਾਉਂਦੇ ਨੇ ਜਿਹੜੀ ਅਸੀਂ ਦੇਣਾ ਚਾਹੁੰਦੇ ਹਾਂ ਕੈਰੈਕਟਰ ਦੇ। ਜਿਵੇਂ ਅਸੀਂ ਕਿਸੇ ਨੂੰ ਖੜਕੂ ਦਾ ਜੁੜਿਆ ਕਰੈਕਟਰ ਦਿਖਾਉਣਾ ਚਾਹਿਆ, ਉਹ ਬਿਲਕੁਲ ਉਸੇ ਤਰ੍ਹਾਂ ਲੱਗਾ। ਜੇ ਅਸੀਂ ਕਿਸੇ ਨੂੰ ਕੋਈ ਪੁਲਿਸ ਦਾ ਜਾਂ ਕੋਈ ਹੋਰ ਵੀ ਉਹਦਾ ਦਿਖਾਉਣਾ ਚਾਹਿਆ, ਉਹ ਉਹਦੇ ਨਾਲ ਬਿਲਕੁਲ ਸਿਮਿਲਰ ਅਤੇ ਉਹਦੇ ਨਾਲ ਲੱਗੇ, ਇਸ ਕਰਕੇ ਸਾਨੂੰ ਨਵੇਂ ਚਾਹੀਦੇ ਨੇ। ਸੋ ਭਾਅ ਜੀ, ਜਿਵੇਂ ਗੱਲ ਕਰਦੇ ਹਾਂ ਕਿ ਇਹ ਇੱਕ ਅੱਤਵਾਦ ਦੇ ਉੱਤੇ ਅਧਾਰਤ ਫਿਲਮ ਹੈ, ਸੋ ਮੋਸਟਲੀ ਸਿੱਖਾਂ ਦੇ ਉੱਤੇ ਨਾਲ ਜੋ ਕੁਝ ਵਾਪਰਿਆ, ਸੋ ਸੋਟ ਆਫ ਉਸ ਚੀਜ਼ ਦੇ ਉੱਤੇ ਚੀਜ਼ ਚੱਲੀ, ਸੋ SGPC ਵੱਲੋਂ ਤੁਹਾਨੂੰ ਇਸ ਬਾਰੇ ਕੋਈ ਸਪੋਰਟ ਹੋਈ ਜਾਂ ਕਿਸੇ ਤਰੀਕੇ ਨਾਲ? ਬਹੁਤ ਬਹੁਤ ਧੰਨਵਾਦ ਕਰਦੇ ਜੀ ਅਸੀਂ SGPC ਦਾ, ਮੱਕਰ ਸਾਹਿਬ ਦਾ, ਜਿਨ੍ਹਾਂ ਨੇ ਪੂਰੀ ਸਪੋਰਟ ਕੀਤੀ। ਜਦੋਂ ਫਿਲਮ 'ਤੇ ਬੈਨ ਲੱਗ ਗਿਆ ਸੀਗਾ, ਉਹਨਾਂ ਨੇ ਆਪਣੀ ਇੱਕ ਸਕਰੀਨਿੰਗ ਕਮੇਟੀ ਬਣਾਈ ਜਿਨ੍ਹਾਂ ਨੇ ਫਿਲਮ ਦੇਖੀ। ਫਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਸੈਂਸਰ ਬੋਰਡ ਨੂੰ ਚਿੱਠੀ ਲਿਖੀ, ਉਹਨਾਂ ਨੇ ਜਿਹੜੇ ਆਪਣੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਲਿਖੀ ਤਾਂ ਕਿ ਫਿਲਮ ਰਿਲੀਜ਼ ਹੋ ਸਕੇ। ਉਹਨਾਂ ਨੇ ਚਿੱਠੀ ਵਿੱਚ ਰਿਕਮੈਂਡ ਕੀਤਾ ਕਿ ਇਹਨਾਂ ਨੇ ਜੋ ਫਿਲਮ ਦਿਖਾਇਆ ਉਹ ਸਾਰਾ ਕੁਝ ਸੱਚ ਹੈ ਅਤੇ ਫਰੀਡਮ ਆਫ ਐਕਸਪ੍ਰੈਸ਼ਨ ਦੇ ਅੰਡਰ ਅਤੇ ਫਰੀਡਮ ਦੇ ਅਸੀਂ ਦਿਖਾ ਸਕਦੇ ਹਾਂ ਚੀਜ਼ਾਂ ਜੀ। ਉਹਨਾਂ ਨੇ ਸਾਨੂੰ ਕਾਫੀ ਸਹਿਯੋਗ ਦਿੱਤਾ। ਅਤੇ ਭਾਅ ਜੀ, ਜਿਵੇਂ ਕਹਿੰਦੇ ਕਿ ਇਸ ਫਿਲਮ ਦੇ ਤਾਂ ਪਹਿਲਾਂ ਬੈਨ ਲਗਾਇਆ ਗਿਆ, ਕਿ ਤੁਹਾਨੂੰ ਫਿਰ ਕਿਸ ਤਰੀਕੇ ਨਾਲ ਲੋਕਾਂ ਦੀ ਮਦਦ ਮਿਲੀ, ਤੁਹਾਨੂੰ ਮਤਲਬ ਲੋਕਾਂ ਨੇ ਜਿਵੇਂ ਸਪੋਰਟ ਕੀਤੀ ਆ, ਸੋ ਕਿਸ ਤਰੀਕੇ ਨਾਲ ਤੁਹਾਨੂੰ ਸਪੋਰਟ ਮਿਲੀ ਉਸ ਵਿੱਚ? ਇਹ ਲੋਕਾਂ ਦਾ ਪਿਆਰ ਸੀ ਜੀ ਅਤੇ ਵਾਹਿਗੁਰੂ ਦੀ ਮਿਹਰ ਸੀ ਕਿ ਜਿਹੜਾ ਬੈਨ ਲੱਗਿਆ ਸੀਗਾ ਉਸ ਦੇ ਬਾਵਜੂਦ ਬਿਨਾਂ ਕਿਸੇ ਸੀਨ ਨੂੰ ਕੱਟੇ ਅਸੀਂ ਫਿਲਮ ਲੋਕਾਂ ਦੇ ਅੱਗੇ ਲੈ ਕੇ ਆ ਰਹੇ ਹਾਂ। ਇਹ ਸਾਰੇ ਲੋਕਾਂ ਦਾ ਪਿਆਰ ਸੀਗਾ, ਇਹੀ ਇੱਕ ਸਪੋਰਟ ਸੀਗੀ ਜਿੱਥੇ ਅਸੀਂ ਗੱਲ ਕਰਦੇ ਸੀ। ਅੱਜ ਤੁਸੀਂ ਫੇਸਬੁੱਕ 'ਤੇ ਦੇਖੋ, ਅਖਬਾਰਾਂ 'ਚ ਪੜ੍ਹੋ, ਰੇਡੀਓ 'ਤੇ, ਹਰ ਜਗ੍ਹਾ ਲੋਕ ਇਸ ਫਿਲਮ ਦੇ ਨਾਲ ਖੜ੍ਹੇ ਸੀਗੇ ਕਿ ਕਿਉਂ ਸੱਚ ਨੂੰ ਦਬਾਇਆ ਜਾ ਰਿਹਾ। ਬਿਲਕੁਲ ਜੀ। ਸੋ ਜੇਕਰ ਆਪਾਂ ਗੱਲ ਕਰੀਏ ਤਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਇਸ ਤਰੀਕੇ ਦੀ ਸਾਨੂੰ ਫਿਲਮਾਂ ਹੋਰ ਵੀ ਦੇਖਣ ਨੂੰ ਮਿਲਣਗੀਆਂ, ਜਾਂ ਮਤਲਬ ਇਹ ਫਿਲਮ ਇੱਕ ਸਾਨੂੰ ਇਸ ਤੋਂ ਬਾਅਦ ਕੁਝ ਸਟੋਪ ਆ ਗਿਆ ਫਿਲਮਾਂ ਦੇ ਉੱਤੇ? ਜ਼ਰੂਰ ਮਿਲਣਗੀਆਂ ਜੀ। ਇਸ ਫਿਲਮ ਨੂੰ ਜਿੰਨਾ ਹੁੰਗਾਰਾ ਮਿਲਦਾ ਪਿਆ, ਜਿਸ ਤਰ੍ਹਾਂ ਲੋਕ ਇਹਦੇ ਨਾਲ ਜੁੜੇ ਨੇ, ਅਤੇ ਮੇਰੇ ਖਿਆਲ ਨਾਲ ਪੰਜਾਬੀ ਸਿਨੇਮੇ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਊਗੀ, ਅਤੇ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਨੇ, ਅਨਸੰਗ ਹੀਰੋਜ਼ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਜੀ, ਉਹਨਾਂ ਦੇ ਉੱਪਰ ਬਹੁਤ ਸਾਰੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਅਤੇ ਬਹੁਤ ਸਾਰੇ ਲੋਕ ਸੋਚ ਵੀ ਰਹੇ ਸੀ। ਮੈਨੂੰ ਲੱਗਦਾ ਇਹ ਜਿਹੜੀ ਸਾਡੀ ਪਹਿਲ ਹੈ ਉਹ ਇੱਕ ਨਵਾਂ ਮੀਲ ਪੱਥਰ ਕਾਇਮ ਕਰੂਗੀ, ਅਤੇ ਬਹੁਤ ਸਾਰੀਆਂ ਇਸ ਮੁੱਦੇ ਨੂੰ ਲੈ ਕੇ ਫਿਲਮਾਂ ਹੋਰ ਵੀ ਬਣਨਗੀਆਂ। ਸੋ ਭਾਅ ਜੀ, ਕਿਸ ਤਰੀਕੇ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ? ਇਹ ਜੀ 5 ਅਪ੍ਰੈਲ ਨੂੰ ਆਲ ਓਵਰ ਵਰਲਡ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ। ਹਾਂਜੀ, ਅਤੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਕਿ ਫਿਲਮ ਨੂੰ ਕਿਸ ਤਰੀਕੇ ਨਾਲ ਰਿਸਪੌਂਸ ਦੇਣ? ਇੱਕ ਪ੍ਰੋਡਿਊਸਰ ਹੋਣ ਦੇ ਨਾਤੇ ਜੀ, ਹਮੇਸ਼ਾ ਸਾਡੀ ਇਹੀ ਇੱਕ ਰਿਕੁਐਸਟ ਹੁੰਦੀ ਹੈ ਦਰਸ਼ਕਾਂ ਨੂੰ ਕਿ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਫਿਲਮ ਦੇਖੋ। ਇਹ ਪਹਿਲੀ ਫਿਲਮ ਹੈ ਜਿਹਨੂੰ ਗੁਰੂ ਘਰਾਂ ਦੇ ਵਿੱਚ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ। ਆਲ ਓਵਰ ਵਰਲਡ ਮੈਂ UK, ਕੈਨੇਡਾ, ਆਸਟ੍ਰੇਲੀਆ, ਅਮੈਰੀਕਾ ਸਭ ਜਗ੍ਹਾ ਜਾ ਕੇ ਆਇਆ। ਇਸ ਦੇ ਸਭ ਗੁਰੂ ਘਰਾਂ ਦੇ ਵਿੱਚ ਪੋਸਟਰ ਲੱਗ ਰਹੇ ਨੇ, ਉੱਥੋਂ ਦੀ ਅਨਾਊਂਸਮੈਂਟਸ ਹੋ ਰਹੀਆਂ ਕਿ ਇਹ ਇੱਕ ਸੱਚੀ ਕਹਾਣੀ ਨੂੰ ਬਿਆਨ ਕਰਦੀ ਹੈ, ਇਹਨੂੰ ਤੁਸੀਂ ਦੇਖੋ, ਬੱਚਿਆਂ ਨੂੰ
बच्चे छोटे भी इस फिल्म को देख सकते हैं। वो इस करके दिता क्योंकि मानयोग ललित बसीन जी ने रिकमेंडेशन दी सेंसर बोर्ड को कि यह फिल्म मार्केट से आता फायदा ही तो है कि बच्चे भी जान सकन कि उस वक्त होया कि जी सर्टिफिकेशन मिली है। तो जो सा मेहनत सी उदू होर ज़्यादा सक्सैसफुल होने के लिए आप जी अगर रिक्वेस्ट है कि तुम सिमे घर जाके इस फिल्म को देखो तो एक नवा इतिहास रचने के लिए इस फिल्म के सहयोगी बनो। दिनेश जी थोड़ा इतने आने का बहुत बहुत स्वागत है। तो अभी उम्मीद करते हैं कि दर्शक भी थोड़ी फिल्म को इस तरीके प्यार देंगे। तो तुम होर भी नवे मुद्दे जो भी वापरे आ या कुछ होर अणसंग जिम्मे आप कहने कि स्टोरीज पी दर्शकों के सामने लिया सको थोड़ा इतने बहुत बहुत धन्यवाद। सत श्रीकाल जी, थैंक यू। एक बार मैं फिर उन्होंने लोगों का धन्यवाद करूँगा जिन्होंने बिना किसी इंटरस्ट तो इस फिल्म में जुड़ के खास करके के सिंह जी उन्हें अपना राठौर साहब सोनू जी सारे तुम भी इतने आए हो सारे का बहुत बहुत मेरा तह दिल। थैंक यू।